ਸਾਡਾ ਜਿਹੜਾ ਪੁਰਾਣਾ ਥਾਣਾ, ਥਾਣਾ ਸਦਰ, ਥਾਣਾ ਕਾਨਵਾ ਵੀ ਕਿਹਾ ਜਾਂਦਾ ਸੀ ਇਹਨੂੰ, ਇੱਥੇ ਸਾਡਾ ਜਿਹੜਾ ਪੁਰਾਣਾ ਮਾਲ ਮੁਕੱਦਮਾ ਹਾਲੇ ਪਿਆ, ਕਿਉਂਕਿ ਜਿਹੜਾ ਨਵਾਂ ਥਾਣਾ ਹੈ ਉਹ ਬਾਠ ਸਾਹਿਬ ਬਣ ਗਿਆ ਸੀ, ਅਤੇ ਇੱਥੇ ਸਾਡਾ ਜਿਹੜਾ ਮਾਲ ਮੁਕੱਦਮੇ ਦੀਆਂ ਗੱਡੀਆਂ, ਕੁਛ ਇੰਪੋਰਟੈਂਟ ਜਿਹੜਾ ਮਾਲ ਮੁਕੱਦਮਾ ਉਹ ਤਾਂ ਥਾਣੇ ਸਦਰ ਲੈ ਗਏ ਸੀ, ਪਰੰਤੂ ਕੁਝ ਕੁ ਗੱਡੀਆਂ ਜਿਹੜੀਆਂ ਨਾ ਜਾਣ ਨਹੀਂ ਜਾ ਸਕਦੀਆਂ ਸੀ, ਲਿਜਾਣ ਦੇ ਜੋ ਸਮਰੱਥ ਸਨ ਉਹ ਕੁਝ ਗੱਡੀਆਂ ਸਾਡੀਆਂ ਇੱਥੇ ਖੜ੍ਹੀਆਂ ਸਨ। ਅਤੇ ਜੋ ਇੱਕ ਕਿਸਾਨ ਨੇ ਥਾਣੇ ਦੇ ਲਾਗੇ ਕਿਸਾਨ ਨੇ ਕਿਸੇ ਨਾੜ ਨੂੰ ਅੱਗ ਲਾਈ ਹੋਈ ਸੀ, ਜਿਹਦੇ ਕਰਕੇ ਜਿਹੜਾ ਇਹਨਾਂ ਗੱਡੀਆਂ ਨੂੰ ਅੱਗ ਪੈ ਗਈ ਆ, ਇਹਦੇ ਵਿੱਚ ਕੋਈ 10 ਦੇ ਕਰੀਬ ਗੱਡੀਆਂ ਜਿਹੜੀਆਂ ਸਾਡੀਆਂ ਸੜ ਕੇ ਤਬਾਹ ਹੋ ਗਈਆਂ ਨੇ, ਅਤੇ ਬਾਕੀ ਜਿਹੜਾ ਥਾਣਾ ਸਾਰਾ ਸੇਫ ਹੈ, ਬਾਕੀ ਸਾਰਾ ਜਿਹੜਾ ਮਾਲ ਮੁਕੱਦਮਾ ਸੇਫ ਹੈ, ਸਿਰਫ ਜਿਹੜੀਆਂ ਬਾਹਰ ਗੱਡੀਆਂ 10 ਦੇ ਕਰੀਬ ਖੜ੍ਹੀਆਂ ਨੇ
ਕਿ ਦੋ ਟਰੱਕ ਨੇ, ਦੋ ਤਿੰਨ ਕਾਰਾਂ ਨੇ, ਆਟੋ ਵਗੈਰਾ ਨੇ, ਉਹ ਸਾਡੇ ਜਿਹੜਾ ਆਪਣਾ ਸੜਕੀ ਸਵਾਹ ਹੋਇਆ, ਜਿਹਦੇ ਸੰਬੰਧ ਵਿੱਚ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਅਤੇ ਜਿਹੜੇ ਜਿਸ ਕਿਸਾਨ ਨੇ ਨਾੜ ਨੂੰ ਅੱਗ ਲਈ ਉਹਦੇ ਖਿਲਾਫ਼ ਪਰਚਾ ਵੀ ਦਰਜ ਕਰਾਂਗੇ ਅਤੇ ਜੋ ਵੀ ਬਣਦੀ ਕਾਨੂੰਨੀ ਹੈ ਕਾਰਵਾਈ ਕੀਤੀ ਜਾਵੇਗੀ। ਅਸੀਂ ਇਹਦੇ ਖਿਲਾਫ਼ ਕਿਸਾਨਾਂ ਨੂੰ ਸੁਚੇਤ ਵੀ ਕਰੀ ਆ, ਕਈ ਵਾਰੀ ਬੇਨਤੀ ਵੀ ਕੀਤੀ ਆ ਅਤੇ ਇਹਨਾਂ ਦੇ ਖਿਲਾਫ਼ ਅਸੀਂ ਪਰਚੇ ਵੀ ਦਰਜ ਕਰਦੇ ਹਾਂ, ਪਰੰਤੂ ਸਾਨੂੰ ਇਸ ਦੇ ਪ੍ਰਤੀ ਹੁਣ ਵੀ ਜਾਗਰੂਕ ਹੋਣਾ ਚਾਹੀਦਾ। ਜੇ ਇਸ ਤਰ੍ਹਾਂ ਦੇ ਇੰਸੀਡੈਂਟ ਹੁੰਦੇ ਰਹੇ ਤਾਂ ਸਾਡੇ ਲਈ ਕੋਈ ਵੀ ਨੁਕਸਾਨਦਾਇਕ ਹੋ ਸਕਦੇ ਹਨ। ਸੋ ਮੈਂ ਫਿਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਨਾੜ ਨੂੰ ਅੱਗ ਲਾਉਣੀ ਬੰਦ ਕਰੋ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ। ਅਸੀਂ ਇਹਦੇ ਸੰਬੰਧ ਵਿੱਚ ਜਿਹੜਾ ਕਿਸਾਨ ਆ ਉਹਦੇ ਖਿਲਾਫ਼ ਪਰਚਾ ਦਰਜ ਕਰ ਰਹੇ ਹਾਂ ਅਤੇ ਅਗਲੀ ਕਾਰਵਾਈ ਅਸੀਂ ਅਮਲ 'ਚ ਲਿਆ ਉਹਦੇ ਸੰਬੰਧ ਵਿੱਚ ਮੈਂ ਬਸ ਪਤਾ ਜੋ ਹੀ ਕਰ ਰਹੇ ਹਾਂ ਕਿ ਕਿਸਾਨ ਨੇ ਅੱਗ ਲਗਾਈ ਸੀ। ਫਿਰ ਹਾਲੇ ਸਾਨੂੰ ਅਸੀਂ ਸਿਰਫ ਅੱਗ ਬੁਝਾ ਰਹੇ ਹਾਂ, ਸਾਡਾ ਮੇਨ ਮਕਸਦ ਹੈ ਪਹਿਲਾਂ ਅੱਗ 'ਤੇ ਕਾਬੂ ਕਰਨਾ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਆ ਗਈਆਂ ਨੇ, ਇਹ ਸਾਡੇ ਬਾਕੀ ਸਾਰਾ ਸਟਾਫ ਵੀ ਆ ਗਿਆ ਅਤੇ ਅਸੀਂ ਜਿਹੜਾ ਆਪਣਾ ਅੱਗ ਨੂੰ ਬੁਝਾ ਰਹੇ ਹਾਂ, ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।